ਕਿਸੇ ਵੀ ਪਾਰਟੀ ਦੇ ਮੈਂ ਨਹੀਂ ਕਦੀ ਦੇਖਿਆ ਜਿੰਨਾ ਜੋਸ਼ ਆ, ਜਿੰਨਾ ਇਕੱਠ ਆ। ਵਲੰਟੀਅਰਸ ਦੀਵਾਨੇ ਆ ਭਗਵੰਤ ਮਾਨ ਜੀ ਦੀਆਂ ਪਾਲਿਸੀਆਂ ਦਾ, ਨੀਤੀਆਂ ਦਾ, ਉਹਨਾਂ ਦੇ ਕੰਮਾਂ ਦਾ। ਆਮ ਘਰਾਂ ਦੇ 90% ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ। ਪਹਿਲਾਂ ਸਰਕਾਰਾਂ ਕਹਿੰਦੀਆਂ ਹੁੰਦੀਆਂ ਸੀ ਖਜ਼ਾਨਾ ਖਾਲੀ ਆ, ਪਰ ਦੇਖ ਲਓ ਖਜ਼ਾਨਾ ਜਿਹੜਾ ਹੁਣ ਆਮ ਗਰੀਬ ਲੋਕਾਂ ਵਾਸਤੇ ਖਰਚਿਆ ਜਾ ਰਿਹਾ। ਲੋਕ ਬਹੁਤ ਖੁਸ਼ ਆ ਇਸ ਨੀਤੀਆਂ ਤੋਂ। ਹੋਰ ਵੀ ਹਲੇ 3 ਸਾਲ ਕੰਮ ਕਰਨਾ ਆ। ਸਭ ਤੋਂ ਵੱਡੀ ਗੱਲ ਆ ਇਹ ਰਾਜਸੀ ਧਿਰ ਜਿਹੜੀ ਆਮ ਆਦਮੀ ਪਾਰਟੀ ਇਮਾਨਦਾਰ ਹੈ, ਲੋਕਾਂ ਲਈ ਕੰਮ ਕਰ ਰਹੀ ਹੈ। ਸੋ ਦੂਜੀਆਂ ਧਿਰਾਂ ਜਿਹੜੀਆਂ ਸੀ ਉਹ ਲੋਕਾਂ ਦੇ ਮਨਾਂ ਵਿੱਚੋਂ ਨਿਕਲ ਚੁੱਕੀਆਂ ਇਸ ਵੇਲੇ, ਅਤੇ ਆਮ ਆਦਮੀ ਪਾਰਟੀ ਘਰ ਘਰ ਚੁੱਕੀ ਹੈ। ਅਤੇ ਤੁਸੀਂ ਵੇਖ ਸਕਦੇ ਹੋ ਜਿਹੜਾ ਜੋਸ਼ ਆ ਲੋਕਾਂ ਦੇ ਵਿੱਚ। ਤੁਸੀਂ ਵਿਚਰ ਰਹੇ ਹੋ ਲੋਕਾਂ ਦੇ ਕੀ ਸਵਾਲ ਨੇ? ਲੋਕਾਂ ਦੇ ਸਵਾਲ ਇਹ ਨੇ ਕਿ ਕੇਂਦਰ ਸਰਕਾਰ ਸਿਰਫ ਆਮ ਆਦਮੀ ਪਾਰਟੀ ਨਾਲ ਜ਼ਿਆਦਤੀ ਧੱਕਾ ਕਿਉਂ ਕਰ ਰਹੀ ਹੈ? ਸਿਰਫ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਜੇਲ੍ਹ ਵਿੱਚ ਕਿਉਂ ਸੁੱਟਿਆ ਜਾ ਰਿਹਾ? ਇਹ ਲੋਕਤੰਤਰ ਦਾ ਕਤਲ ਹੈ। ਲੋਕਤੰਤਰ ਨੂੰ ਬਚਾਉਣ ਲਈ ਲੋਕ ਹੁਣ ਮੈਦਾਨ ਵਿੱਚ ਆਉਣ ਵਾਲੇ ਆ। ਇਹ ਤੁਸੀਂ ਦੇਖਿਓ ਪੰਜਾਬ 'ਚ 1977 ਵਾਲਾ ਮਾਹੌਲ ਬਣ ਰਿਹਾ। 77 ਵਿੱਚ ਐਮਰਜੈਂਸੀ ਲਾ ਕੇ ਲੋਕਾਂ ਦੇ ਹੱਕ ਹਕੂਕ ਖੋਲ੍ਹੇ ਗਏ ਸੀ, ਅਤੇ ਉਦੋਂ ਫਿਰ ਲੋਕਾਂ ਨੇ ਤਖ਼ਤਾ ਪਲਟ ਦਿੱਤਾ ਸੀ ਹਕੂਮਤ ਦਾ। ਇਹ ਵੀ ਹੁਣ ਤੁਸੀਂ ਦੇਖਿਓ ਕੇਂਦਰ ਸਰਕਾਰ ਦਾ ਤਖ਼ਤਾ ਪਲਟਾਊ ਇਹ ਮੁਹਿੰਮ ਚੱਲੀ ਆਮ ਆਦਮੀ ਪਾਰਟੀ ਦੀ। ਆਮ ਆਦਮੀ ਪਾਰਟੀ ਤੋਂ ਹੀ ਹਕੂਮਤ ਨੂੰ, ਕੇਂਦਰ ਦੀ ਨੂੰ ਹੁਕਮਰਾਨ ਜਿਹੜਾ ਬੈਠਾ ਤਾਨਾਸ਼ਾਹ ਉਹਨੂੰ ਡਰ ਰਿਹਾ। ਅੱਛਾ, ਚਰਨਜੀਤ ਸਿੰਘ ਚੰਨੀਗੋਰੀ ਬੜੇ ਇਲਜ਼ਾਮ ਲਗਾ ਰਹੇ ਨੇ ਤੁਹਾਡੇ ਉੱਤੇ, ਪੋਸਟਰ ਵਾਇਰਲ ਹੋ ਰਿਹਾ, ਉਸਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ ਪੋਸਟਰ ਤੋਂ ਇਲਾਵਾ ਬਹੁਤ ਸਾਰੀਆਂ ਚੀਜ਼ਾਂ ਆ। ਜਦੋਂ CMC ਸ਼ਡਿਊਲ ਕਾਸਟ ਵਿਦਿਆਰਥੀਆਂ ਦਾ 100 ਕਰੋੜ ਰੁਪਈਆ ਖਾਣ ਵਾਲੇ ਇੰਸਟੀਟਿਊਸ਼ਨ ਨੂੰ ਉਹਨਾਂ ਨੇ ਕਲੀਨ ਚਿੱਟ ਦੇ ਦਿੱਤੀ, 10 ਕਰੋੜ ਰੁਪਈਆ ਚੰਨੀ ਸਾਹਿਬ ਦੇ ਭਾਣਜਾ ਸਾਹਿਬ ਕੋਲੋਂ ਰਿਕਵਰ ਹੋਇਆ, ਹੋਰ ਸੋਨੇ ਦੀਆਂ ਡਾਇਮੰਡ ਦੀਆਂ ਵਸਤਾਂ ਜਿਹੜੀਆਂ ਰਿਕਵਰ ਹੋਈਆਂ। ਇੱਥੇ ਸਵਾਲ ਇਹ ਪੈਦਾ ਹੁੰਦਾ ਬਈ ਆਮ ਆਦਮੀ ਪਾਰਟੀ ਦੇ ਲੀਡਰਾਂ ਕੋਲੋਂ ਤਾਂ ਕੋਈ ਰਿਕਵਰੀ ਵੀ ਨਹੀਂ ਹੋ ਰਹੀ, ਕੋਈ ਚੀਜ਼ ਫੜੀ ਵੀ ਨਹੀਂ ਜਾ ਰਹੀ, ਸਿਆਸੀ ਤੌਰ 'ਤੇ ਉਹਨਾਂ ਨੂੰ ਅੰਦਰ ਕੀਤਾ ਜਾ ਰਿਹਾ, ਅਤੇ ਚਰਨਜੀਤ ਚੰਨੀ ਦੇ ਕੋਲੋਂ ਨਜਾਇਜ਼ ਮਾਈਨਿੰਗ ਦਾ ਪੈਸਾ ਰਿਕਵਰ ਹੋਇਆ ਸੀ, ਆਖਿਰ ਉਹ ਕਿਉਂ ਨਹੀਂ ਫੜਿਆ ਗਿਆ? ਅਤੇ ਉਹਨਾਂ ਦਾ ਚਰਿੱਤਰ ਜਿਹੜਾ ਆ, ਕਿਰਦਾਰ ਆ, ਉਹ ਲੋਕਾਂ ਦੇ ਸਾਹਮਣੇ ਆ ਗਿਆ ਹੁਣ। ਕਿਉਂਕਿ ਇੱਕ IAS ਮਹਿਲਾ ਅਧਿਕਾਰੀ ਨਾਲ ਛੇੜਖਾਨੀ ਕਰਨੀ, ਔਰ ਫਿਰ ਉਸ ਵੇਲੇ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਇਹਨਾਂ ਕੋਲੋਂ ਥੱਲੇ ਬਿਠਾ ਕੇ ਮਾਫ਼ੀ ਮੰਗਵਾਉਣੀ, ਇਹ ਲੋਕਾਂ ਨੂੰ ਪਤਾ ਆ, ਹਾਲੇ ਕੋਈ ਪੁਰਾਣੀ ਗੱਲ ਨਹੀਂ ਹੈ। ਇਹ ਉਹ ਨੇ ਚਰਨਜੀਤ ਚੰਨੀ ਜਿਹੜੇ 160 ਕਿਲੋਮੀਟਰ ਤੋਂ ਆਏ ਆ ਜਲੰਧਰ ਇਲੈਕਸ਼ਨ ਲੜਨ ਵਾਸਤੇ। ਇਹ ਲੋਕਾਂ ਨੂੰ ਮੈਸੇਜ ਕੀ ਦੇ ਰਹੇ ਆ? ਮੰਜੇ ਬੁਣਨ ਦਾ, ਤਾਸ਼ ਖੇਡਣ ਦਾ। ਸਾਡਾ ਯੂਥ ਪੜ੍ਹਿਆ ਲਿਖਿਆ ਆ, ਹੋਰ ਪੜ੍ਹਾਈ, ਹਾਇਰ ਐਜੂਕੇਸ਼ਨ ਚਾਹੁੰਦਾ ਆ, ਚੰਗੀ ਇੰਪਲੋਇਮੈਂਟ ਚਾਹੁੰਦਾ ਆ, ਅਤੇ ਇਨਫਰਾਸਟ੍ਰਕਚਰ ਚੰਗਾ ਚਾਹੁੰਦਾ ਆ, ਸ਼ਹਿਰ ਦੀ ਹਾਲਤ ਚੰਗੀ ਚਾਹੁੰਦਾ ਆ। ਇਸ ਕਰਕੇ ਉਹਨਾਂ ਦੀ ਕੋਈ ਪੁਜੀਸ਼ਨ ਤਾਂ ਹੈ ਨਹੀਂ। ਕਾਂਗਰਸ ਵੈਸੇ ਹੀ ਟੁੱਟ ਚੁੱਕੀ ਆ ਹੁਣ, ਕਾਂਗਰਸ ਖਤਮ ਹੋ ਚੁੱਕੀ ਆ। ਪੋਜੀਸ਼ਨ ਤਾਂ ਇੰਨੀ ਸਟਰੋਂਗ ਕਹਿ ਰਹੇ ਆਪਣੀ, ਉਹ ਤਾਂ ਕਹਿੰਦੇ 1 ਤਰੀਕ ਨੂੰ ਆਪਾਂ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਸਰਕਾਰ ਉਹੀ ਡੇਗ ਦੇਣੀ। ਸ਼ੇਖ ਚਿੱਲੀ ਦੇ ਸੁਪਨੇ ਉਹਨਾਂ ਨੂੰ ਲੈਣ ਦਿਓ, ਕਿਉਂਕਿ ਉਹਨਾਂ ਨੂੰ ਪੁੱਛੋ, 20-25 ਵੱਡੇ ਲੀਡਰ ਸਾਰੇ ਉਹਨਾਂ ਦੇ ਜਾ ਚੁੱਕੇ ਆ, ਮੁੱਖ ਮੰਤਰੀ, ਮਿਨਿਸਟਰ, ਜਿਹੜੇ ਪ੍ਰਧਾਨ ਪੰਜਾਬ ਦੇ ਜਿਹੜੇ ਹੁੰਦੇ ਸੀ ਕਾਂਗਰਸ ਦੇ, ਸਭ ਚਲੇ ਗਏ, ਕਿਉਂਕਿ ਹੁਣ ਡੁੱਬਦਾ ਜਹਾਜ਼ ਆ ਕਾਂਗਰਸ, ਅਤੇ ਇਹਨੂੰ ਹੁਣ ਕੋਈ ਮੁਕਾਬਲੇ 'ਚ ਸਮਝਦਾ ਹੀ ਨਹੀਂ।
ਅੱਛਾ ਤੁਸੀਂ ਕਹਿ ਰਹੇ ਹੋ, ਤੁਸੀਂ ਕਹਿ ਰਹੇ ਹੋ ਕਿ ਬਈ ਚੰਨੀ ਹੋਰੀ ਬਾਹਰੋਂ ਆਏ ਹੈਗੇ ਨੇ, ਉਹ ਤਾਂ ਕਹਿੰਦੇ ਨੇ ਕਿ ਬਈ ਇਹ ਦਲ ਬਦਲ, ਉਹਨੂੰ ਕੀ ਜਵਾਬ ਦਈਏ? ਦੇਖੋ ਗੱਲ ਇਹ ਆ ਬਈ ਦਲ ਬਦਲ ਕਰਨਾ, ਜੇ ਕੋਈ ਦਲ ਪੰਜਾਬ ਦੇ ਹਿੱਤ 'ਚ ਨਹੀਂ ਭੁਗਤ ਰਿਹਾ, ਜੇ ਕੋਈ ਦਲ ਪਾਰਟੀ ਦੇ ਅੰਦਰ ਕਿਸੇ ਦੀ ਸੁਣਵਾਈ ਨਹੀਂ ਕਰਦਾ, ਜੇ ਦਲ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਹੀ ਨਹੀਂ ਰਿਹਾ, ਲੋਕਾਂ ਨੇ ਉਸ ਦਲ ਨੂੰ ਆਪਣੇ ਦਿਲਾਂ ਵਿੱਚੋਂ ਕੱਢ ਹੀ ਦਿੱਤਾ, ਅਤੇ ਫਿਰ ਪੰਜਾਬ ਦੀ ਬਿਹਤਰੀ ਲਈ ਜਿਹੜੀ ਸਰਕਾਰ, ਜਿਹੜੀ ਪਾਰਟੀ ਕੰਮ ਕਰ ਰਹੀ ਹੈ, ਉਹਦਾ ਸਹਿਯੋਗ ਕਿਉਂ ਨਾ ਕੀਤਾ ਜਾਵੇ? ਮੇਰੀ ਰਾਜਨੀਤੀ ਪਿਛਲੇ 25 ਸਾਲ ਦੀ ਸਾਫ਼ ਸੁਥਰੀ ਹੈ, ਇਮਾਨਦਾਰ ਆ, ਮਿਹਨਤ ਵਾਲੀ ਆ। ਸਾਡੇ ਪਰਿਵਾਰ 'ਚੋਂ ਕੋਈ ਪੰਜ ਸਰਪੰਚ ਵੀ ਨਹੀਂ ਸੀ, ਅਸੀਂ ਉੱਠ ਕੇ ਇਸ ਕੰਮ ਵਿੱਚ, ਸੇਵਾ ਦੇ ਕੰਮ 'ਚ ਆਏ ਹਾਂ, ਕੋਈ ਦਾਗ ਨਹੀਂ ਲੱਗਣ ਦਿੱਤਾ ਆਪਣੇ ਆਪ 'ਤੇ। ਸੋ ਇਹ ਜ਼ਿਆਦਾ ਜ਼ਰੂਰੀ ਚੀਜ਼ਾਂ ਹੈ, ਵੋਟ ਪਾਉਣ ਲੱਗੇ ਵੇਖਣਾ, ਇਹ ਜ਼ਿਆਦਾ ਜ਼ਰੂਰੀ ਚੀਜ਼ਾਂ ਹੈ, ਉਹਨਾਂ ਨੂੰ ਅਸੀਂ ਮੇਨਟੇਨ ਰੱਖਣਾ। ਇੱਕ ਬਹੁਤ ਅਹਿਮ ਸਵਾਲ ਹੈ, ਸ਼ੀਤਲ ਉਮਰਾਲ ਦਾ ਇੱਕ ਬਿਆਨ ਆਇਆ, ਉਹਨੇ ਕਿਹਾ ਕੱਲ੍ਹ ਨਕੋਦਰ ਦੇ ਵਿੱਚ ਸੁਸ਼ੀਲ ਰਿੰਕੂ ਦਾ ਕਾਫਲਾ ਰੋਕਿਆ ਗਿਆ, ਉਹਨਾਂ ਨੇ ਪ੍ਰਚਾਰ 'ਤੇ ਜਾਣਾ ਸੀ, ਪਰ ਪ੍ਰਚਾਰ ਤੋਂ ਪਹਿਲੇ ਉਹਨਾਂ ਨੇ ਬਾਬਾ ਸਾਹਿਬ ਦੀ ਮੂਰਤੀ 'ਤੇ ਮੱਥਾ ਟੇਕਣ ਜਾਣਾ ਸੀ, ਪਰ ਕਿਸਾਨਾਂ ਨੇ ਰੋਕਤਾ, ਉਹਨਾਂ ਨੇ ਹੁਣ ਆਪਣੇ ਦਲਿਤ ਜਿਹੜਾ ਸਮੁਦਾਇ ਆ ਉਹਨੂੰ ਕਿਹਾ ਕਿ ਤੁਸੀਂ ਅੱਗੇ ਆਓ, ਮਤਲਬ ਕਿਤੇ ਨਾ ਕਿਤੇ ਬੀਜੇਪੀ ਦਾ ਉਹੀ ਦਲਿਤ ਕਾਰਡ ਉਹਨਾਂ ਨੇ ਖੇਡਣ ਦੀ ਕੋਸ਼ਿਸ਼ ਕੀਤੀ। ਦੇਖੋ ਪੰਜਾਬ ਦੇ ਦੇਸ਼ ਦੇ ਕਿਸਾਨਾਂ ਦੇ ਨਾਲ ਬੀਜੇਪੀ ਨੇ ਜ਼ਿਆਦਤੀ ਕੀਤੀ, ਧੋਖਾ ਕੀਤਾ, ਕਿਸਾਨਾਂ ਦੇ ਖਿਲਾਫ ਬੀਜੇਪੀ ਭੁਗਤੀ ਹੈ, ਕਿਸਾਨਾਂ ਦੀ ਸੁਣਵਾਈ ਵੀ ਗੌਰ ਨਹੀਂ ਕਰ ਰਹੀ, ਆ ਹੁਣ ਜਿਹੜੀਆਂ ਮੰਗਾਂ ਉਹਨਾਂ ਨੇ ਰੱਖੀਆਂ ਉਹ 'ਤੇ ਵੀ ਕੋਈ ਸੁਣਵਾਈ ਨਹੀਂ ਹੋਈ। ਇਹ ਐਡਾਮੈਂਟ ਅੜੀਅਲ ਰਵੱਈਆ ਬੀਜੇਪੀ ਦਾ ਆ, ਕਿਸਾਨਾਂ ਪ੍ਰਤੀ ਵੀ, ਮਜ਼ਦੂਰਾਂ ਪ੍ਰਤੀ ਵੀ, ਪੰਜਾਬੀਆਂ ਪ੍ਰਤੀ ਵੀ। ਪੰਜਾਬ ਦਾ 8,000 ਕਰੋੜ ਰੁਪਈਆ ਦੱਬ ਕੇ ਬੈਠੀ ਕੇਂਦਰ ਸਰਕਾਰ, ਅਤੇ ਬਾਬਾ ਸਾਹਿਬ ਦਾ ਬਣਾਇਆ ਹੋਇਆ ਸੰਵਿਧਾਨ ਬਦਲਣਾ ਚਾਹੁੰਦੀ ਹੈ ਬੀਜੇਪੀ। ਇਹ ਗੱਲ ਪੰਜਾਬ ਦੇ ਲੋਕਾਂ ਦੇ ਦਿਲਾਂ 'ਚ ਘਰ ਗਈ ਆ, ਘਰ ਘਰ ਗਈ ਆ। ਸੋ ਉਹਨਾਂ ਨੂੰ ਇਹ ਗੱਲ ਅੰਗੁਰਾਲ ਸਾਹਿਬ ਨੂੰ ਅਤੇ ਰਿੰਕੂ ਜੀ ਨੂੰ ਸੋਚਣੀ ਚਾਹੀਦੀ ਹੈ ਕਿ ਪੰਜਾਬੀਆਂ ਨੂੰ ਕਿਸ ਜਥੇਬੰਦੀ ਤੋਂ, ਕਿਸ ਸਿਆਸੀ ਪਾਰਟੀ ਤੋਂ ਖਤਰਾ ਆ, ਉਹ ਬੀਜੇਪੀ ਹੈ।